खबर सामने आई है अमृतसर के प्रसिद्ध अल्फा वन मॉल के नज़दीक से, जहां पर दो बसों की आमने सामने टक्कर हो गई, जिसमें एक व्यक्ति की मौत हुई बताई जा रही है, जबकि कुछ यात्री गंभीर रूप से घायल हो गए, जिन्हें अस्पताल में भर्ती करवाया गया है। वहीं प्रत्यक्षदर्शियों के मुताबिक हादसा बस के ब्रेक फेल होने की वजह से हुआ है। इस दौरान कैबिनेट मंत्री हरभजन सिंह ईटीयू ने दुर्घटना स्थल से गुजर रहे थे वहाँ से वो, और उन्होंने अपना काफिला रोक कर घायलों का हाल जाना और घायलों को गुरु नानक देव अस्पताल भेजा। इस मौके मंत्री हरभजन सिंह ईटीयू ने बताया कि अल्फा वन से पनबस रोडवेज की बस चंडीगढ़ जा रही थी और पीछे से प्राइवेट बस आ रही थी, और इस दौरान ये हादसा हो गया। पनबस के पिछले हिस्से से टकरा गई और ब्रेक फेल हो जाने की वजह से यह हादसा हुआ है। उन्होंने बताया हादसा दोनों बसों में बैठे यात्री जो है वो इस हादसे में बाल बाल बच गए। कुछ लोग घायल हुए जिनका गुरु नानक देव अस्पताल में इलाज चल रहा है। आप भी डालिए इस पूरे मामले पर एक नजर। मुल्लापुर सुधार तो आए सी, यानी सुधार तो आए मुल्लापुर के कोले सुधार आए, ते असि चपहरे ते आए सी शहीदा साहब, अज पांचवा चपहरा साडा, ते असि उथे चपहरे तो हुण वापस चले सीगे। तुसी किन्ने परिवार दे किन्ने मैंबर आए? ਅਸੀਂ ਮੈਂ ਤੇ ਭਾਣਜਾ ਦੋਨੇ ਆ। ਅੱਛਾ ਜੀ। ਤੇ ਇੱਕ ਸਾਡਾ ਦੋਸਤ ਸੰਗੀ ਆ। ਠੀਕ ਆ ਜੀ। ਅਸੀਂ ਤਿੰਨ ਜਾਣੇ ਸੀਗੇ। ਤੇ ਪ੍ਰੋਪਰ ਹੋਇਆ ਹਾਦਸਾ ਇਹ ਕਿੱਥੇ ਹੋਇਆ ਗਾ? ਇਹ ਆਪਣੇ ਵੱਡੇ ਵੱਡੇ ਕੋਲ ਲਈ ਬਾਹਰ ਨਿਕਲਦੇ, ਸ਼ਹਿਰੋਂ ਬਾਹਰ ਨਿਕਲਦੇ ਆ। ਹਾਂਜੀ। ਮੈਨੂੰ ਨਿਸ਼ਾਨੀ ਤਾਂ ਪਤਾ, ਜਿੱਥੇ ਜੱਸਾ ਸਿੰਘ ਦਾ ਹੈ ਨਾ ਪਾਰਕ, ਕੋਈ ਥੋੜ੍ਹਾ ਜਿਹਾ ਗਾਂਹ ਜਾ ਕੇ ਬੱਸਾਂ ਦਾ, ਤੇ ਪਿਆਰ ਵਾਲੀ ਬੱਸ ਸੀਗੀ, ਪਿਆਰ ਵਾਲੀ, ਉਹ 'ਚ ਅਸੀਂ ਬੈਠੇ ਸੀ। ਤੁਸੀਂ ਉਹ 'ਚ ਬੈਠੇ? ਹਾਂ, ਅਸੀਂ ਦੋਨੇ ਜਾਣੇ ਬੈਠੇ ਸੀ ਇੰਜਣ ਦੇ ਉੱਤੇ। ਅੱਛਾ, ਅੱਗੇ ਅੱਗੇ। ਤੇ ਇਹ ਜਿਹੜਾ ਮੇਰਾ ਭਾਣਜਾ ਬਾਰੀ ਕੋਲੇ ਖੜਾ ਸੀਗਾ, ਬਾਰੀ ਕੋਲੇ, ਹਾਂ, ਤੇ ਉਹ ਉੱਥੋਂ ਬ੍ਰੇਕਾਂ ਫੇਲ ਹੋ ਗਈਆਂ ਉਹਦੀਆਂ, ਬਸ ਉਹ ਰੌਲਾ ਪਾਈ ਜਾਂਦਾ। ਮੈਂ ਉਹਨੂੰ ਕਹੀ ਵੀ ਜਾਂਦਾ ਗੇਅਰ ਪਾ ਦੇ, ਵੱਡਾ ਇੰਜਣ ਬੰਦ ਕਰ ਦੇ, ਸੁੱਚ ਬੰਦ ਕਰ ਦੇ, ਬ੍ਰੇਕ ਫੇਲ ਹੋ ਗਏ, ਉਹਦੇ ਬ੍ਰੇਕ ਫੇਲ ਹੋ ਗਏ, ਉਹਨੇ ਗੇਅਰ ਵੀ ਨਹੀਂ ਪਾਇਆ ਵੱਡਾ, ਉਹ ਉਦੋਂ ਕਵਰ ਆ ਗਿਆ, ਉਹ ਰੋਕੋ ਹੁਣ ਐਡੇ ਪੁਲ ਤੋਂ ਥੱਲੇ ਉੱਤਰ ਦੀ ਗੱਡੀ, ਵੈਸੇ ਹੀ ਰੋਕਦੀ ਜੀ, ਕਿਹਦੇ 'ਚ ਜਾ ਕੇ ਗੱਡੀ? ਗਾਂਹ ਟ੍ਰੈਫਿਕ ਜਾਮ ਸੀਗਾ, ਇੱਕ ਕਾਰ ਸੀ, ਕਾਰ ਤਾਂ ਤੋਂ ਮੇਰਾ ਥੋੜ੍ਹੀ ਵਜੀ, ਅਤੇ ਉਹ ਬੱਸ ਦੇ ਵਿੱਚ ਵਜੀ ਜਾ ਕੇ, ਹਾਂ ਫਿਰ ਬੱਸ 'ਚ ਵਜੀ, ਹਾਂ ਦੂਜੀ ਬੱਸ 'ਚ ਵਜੀ, ਉਹਦੇ ਵਿੱਚ ਵੀ ਕਿੰਨੇ ਕੁ ਬੰਦੇ ਜ਼ਖਮੀ ਹੋਏ? ਉਹ ਤਾਂ ਮੈਨੂੰ ਪਤਾ, ਉਹ ਦੂਜੀ ਨਹੀਂ ਆਪਣੀ ਡੀਲਰਸ ਗੱਡੀਆਂ ਹੁੰਦੀਆਂ ਬੱਸਾਂ, ਉਹ ਸੀਗੀ ਪਤਾ ਨਹੀਂ, ਕੋਈ ਸਵਾਰੀ ਸੀਗੀ ਵਜੇ, ਮੈਨੂੰ ਉਹਦਾ ਨਹੀਂ ਪਤਾ। ਤੇ ਇਹ ਸਾਡਾ ਐਕਸੀਡੈਂਟ ਹੋ ਗਿਆ, ਇਹ ਜਿਹੜਾ ਬੰਦਾ ਮੂਹਰੇ ਬੈਠਾ ਸੀ ਮੇਰੇ, ਉਹਦੇ ਸਿਰ 'ਚ ਸੱਟ ਵੱਜੀ, ਪਤਾ ਸਿਰ ਵੱਜਿਆ ਗਾਂਹ ਜਾਂ ਕੀ ਹੋਇਆ ਕਿ ਮੈਨੂੰ ਨਹੀਂ ਪਤਾ, ਤੇ ਮੈਂ ਉਹਦੇ ਮਗਰ ਬੈਠਾ ਸੀ। ਤੁਸੀਂ ਜਾਣਾ ਕਿੱਥੇ ਸੀ ਬਾਬਾ ਜੀ? ਅਸੀਂ ਮੁੱਲਾਪੁਰ ਮੋਗੇ ਨੂੰ, ਮੋਗੇ ਨੂੰ ਚੱਲੇ, ਮੋਗੇ ਮੋਗੇ ਨੂੰ ਚੱਲੇ ਚੱਲੇ ਸੀ, ਹਾਂ ਮੋਗੇ ਨੂੰ ਚੱਲੇ। ਅੱਛਾ, ਨਵੀਆਂ ਪੁਰਾਣੀਆਂ ਵਿੱਚ ਬੈਠੇ। ਮੈਂ ਇੱਥੋਂ ਲੰਘ ਰਿਹਾ ਸੀਗਾ ਤੇ ਅਲਫਾ ਮਾਲ ਦੇ ਸਾਹਮਣੇ ਨਾ ਇੱਕ ਬੱਸ ਸੀਗੀ ਪਨਸਪ, ਇਹ ਜਾ ਰਹੀ ਸੀਗੀ, ਅੱਗੇ ਇਹਦੇ ਪਿੱਛੇ ਇੱਕ ਪਿਆਰ ਬੱਸ ਆ ਰਹੀ ਸੀਗੀ, ਔਰ ਅਚਾਨਕ ਉਸ ਬੱਸ ਦੀਆਂ ਬ੍ਰੇਕਾਂ ਜਿਹੜੀਆਂ ਉਹ ਫੇਲ ਹੋ ਗਈਆਂ, ਔਰ ਇਸ ਜਿਹੜੀ ਸਰਕਾਰੀ ਬੱਸ ਸੀਗੀ ਉਹਨੂੰ ਪਿੱਛੋਂ ਹਿੱਟ ਕੀਤਾ, ਔਰ ਕਾਫੀ ਬੱਸ ਦਾ ਤਾਂ ਨੁਕਸਾਨ ਹੋਇਆ ਹੀ ਆ, ਕੁਝ ਇਸ ਬੱਸ ਦੀਆਂ ਡਰਾਈਵਰ ਕੰਡਕਟਰ ਸਵਾਰੀਆਂ ਪਰਮਾਤਮਾ ਦੀ ਕਿਰਪਾ ਦੇ ਨਾਲ ਸੇਫ ਨੇ, ਉਹ ਜਿਹੜੀ ਪਿਆਰ ਬੱਸ ਸੀਗੀ ਉਹਦੇ 'ਚ ਕੁਝ ਕੁ ਸਵਾਰੀਆਂ ਇੰਜਰਡ ਹੋਈਆਂ ਨੇ, ਉਹਨਾਂ ਨੂੰ ਗੁਰੂ ਨਾਨਕ ਦੇਵ ਹੋਸਪਿਟਲ ਜਿਹੜਾ ਆ
ਪਹੁੰਚਾ ਦਿੱਤਾ ਗਿਆ, ਉਹਨਾਂ ਦੀ ਇਲਾਜ ਜਿਹੜੇ ਨੇ ਉਹ ਚੱਲ ਰਹੇ ਨੇ। ਸੋ ਇਹ ਅਚਾਨਕ ਹੀ, ਕਿਉਂਕਿ ਪੁਲ ਤੋਂ ਜਦੋਂ ਨੀਚੇ ਨੂੰ ਬੱਸ ਆਉਂਦੀ ਆ ਤੇ ਇੱਕ ਉਹਦੀ ਸਪੀਡ ਵੀ ਜ਼ਿਆਦਾ ਹੋਏਗੀ, ਇੱਕ ਨਾਲ ਦੇ ਨਾਲ ਉਹਦੀਆਂ ਬ੍ਰੇਕਾਂ ਫੇਲ ਹੋਣ ਕਰਕੇ ਇਹ ਦੁਰਘਟਨਾ ਜਿਹੜੀ ਆ ਇਹ ਵਾਪਰੀ। ਜਾਨੀ ਨੁਕਸਾਨ ਕਿੰਨਾ ਹੋਇਆ? ਨਹੀਂ ਅਜੇ ਤੱਕ ਤੇ ਉਹ ਜਿਹੜਾ ਉਹ ਦੇਖ ਰਹੇ ਆ, ਅਜੇ ਤੇ ਜਿੰਨੇ ਇੱਥੇ ਮਰੀਜ਼ ਇੰਜਰਡ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ, ਪੂਰਾ ਉਹਨਾਂ ਦਾ ਇਲਾਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ, ਔਰ ਕਿੰਨੇ ਸੀਰੀਅਸ ਨੇ ਕਿਸ ਤਰ੍ਹਾਂ ਇਹ ਡਾਕਟਰਸ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਇੱਕ ਬੰਦਾ ਜਿਹੜਾ ਉਹ ਮਰ ਚੁੱਕਿਆ ਹੈਗਾ, ਦੇਖੋ ਅਜੇ 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 ਜੋ ਜਿਹੜੀਆਂ ਰਿਪੋਰਟਸ ਨੇ ਉਹ ਡਾਕਟਰਸ ਵੱਲੋਂ ਉਹਨਾਂ ਦੀ ਪੁਸ਼ਟੀ ਜਿਹੜੀ ਆ ਉਹ ਕਰਨੀ ਬਾਕੀ ਆ, ਜਿਵੇਂ ਵੀ ਹੋਏਗਾ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਏਗਾ। ਹਾਂਜੀ, ਦੋਨੇ ਬੱਸਾਂ ਦੇ ਡਰਾਈਵਰ ਮੌਜੂਦ ਹੈ ਕਿ ਫਰਾਰ ਕੋਈ ਹੋਇਆ? ਨਹੀਂ, ਮੈਨੂੰ ਜੋ ਲੱਗਦਾ ਹੈ ਕਿ ਫਰਾਰ ਹੋਣ ਵਾਲੀ ਤੇ ਕੋਈ ਗੱਲ ਨਹੀਂ ਹੈ ਇਸ ਤਰ੍ਹਾਂ ਦੀ, ਇਸ ਬੱਸ ਦੇ ਡਰਾਈਵਰ ਤੇ ਮੈਨੂੰ ਮਿਲੇ ਨੇ, ਐਂਡ ਉਸ ਬੱਸ ਦੇ ਡਰਾਈਵਰ ਜਿਹੜੇ ਨੇ ਉਹ ਵੀ ਇੱਥੇ ਹੀ ਹੋਣਗੇ ਕਿਤੇ, ਕਿਉਂਕਿ ਇਸ ਵੇਲੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਨਾ, ਉਹਦੇ ਵਿੱਚ ਸਭ ਤੋਂ ਮੇਜਰ ਜਿਹੜਾ ਕੰਮ ਹੁੰਦਾ ਹੈ ਉਹ ਹੁੰਦਾ ਹੈ ਕਿ ਜਿੰਨੇ ਵੀ ਲੋਕ ਜ਼ਖਮੀ ਨੇ ਉਹਨਾਂ ਨੂੰ ਉਹਨਾਂ ਦੀ ਲੁੱਕ ਆਫਟਰ ਕੀਤੀ ਜਾਵੇ, ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਹੋਸਪਿਟਲ ਦੇ ਵਿੱਚ ਭੇਜੀਏ ਔਰ ਉਹਨਾਂ ਦਾ ਇਲਾਜ ਜਿਹੜਾ ਆ ਉਹ ਸ਼ੁਰੂ ਹੋਵੇ। ਸੋ ਅਸੀਂ ਜ਼ਿਆਦਾ ਇਸ ਵੇਲੇ ਜ਼ੋਰ ਇਸੇ ਗੱਲ 'ਤੇ ਦੇ ਰਹੇ ਹਾਂ ਕਿ ਉਹਨਾਂ ਦਾ ਪ੍ਰੋਪਰ ਇਲਾਜ ਹੋਵੇ। ਇੱਥੇ ਅਲਫਾਵਾਨ ਐਲੀਵੇਟਰ ਰੋਡ ਤੋਂ ਪੁਲ ਦੇ ਥੱਲੇ ਬੱਸ ਜਾ ਰਹੀ ਸੀ, ਪੰਜ ਬੱਸ ਜਿਹੜੀ ਚੰਡੀਗੜ੍ਹ ਜਾ ਰਹੀ ਸਵਾਰੀਆਂ ਸਮੇਤ, ਉਹਦੇ ਬੈਕ 'ਤੇ ਇੱਕ ਪਿਆਰ ਬੱਸ ਜਿਹੜੀ ਕਿ ਪਤਾ ਲੱਗਿਆ ਵੀ ਉਹਦੀ ਬ੍ਰੇਕ ਨਹੀਂ ਲੱਗੀ, ਉਹ ਆ ਕੇ ਇਹਦੇ ਪਿੱਛੇ ਵੱਜੀ ਹੈ, ਜਿਹਦੇ ਨਾਲ ਜਿਹੜੀਆਂ ਪਿਆਰ ਬੱਸ 'ਚ ਬੈਠੀਆਂ ਜਿਹੜੀਆਂ ਸਵਾਰੀਆਂ ਉਹ ਇੰਜਰਡ ਹੋਈਆਂ ਆ, ਅਤੇ ਜਿਹੜੀਆਂ ਪੰਨ ਬੱਸ 'ਚ ਬੈਠੀਆਂ ਹੈ ਉਹ ਸਵਾਰੀਆਂ ਉਹ ਬਚਾ ਰਿਹਾ। ਉਹਦੇ ਇੱਥੇ ਮੌਕੇ 'ਤੇ ਆਏ, ਸਾਨੂੰ ਇਤਲਾਹ ਮਿਲ ਅਤੇ ਮੈਂ ਟ੍ਰੈਫਿਕ ਇੰਚਾਰਜ, ਸਾਨੂੰ ਮੌਕੇ 'ਤੇ ਪਤਾ ਲੱਗਣ 'ਤੇ ਅਸੀਂ ਆ ਕੇ ਅਤੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਬੱਸਾਂ ਨੂੰ ਸਾਈਡ 'ਤੇ ਕਰਵਾ ਕੇ। ਥਾਣੇ ਮਕਬੂਲਪੁਰ ਵੱਲੋਂ ਸਬ ਇੰਸਪੈਕਟਰ ਗੁਰਚਰਨ ਸਿੰਘ ਜਿਹੜੇ ਆ ਇਸ ਸੰਬੰਧੀ ਜਿਹੜੀ ਆ ਉਹ ਕਾਰਵਾਈ ਕਰ ਰਹੇ ਆ, ਉਹ ਮੌਕਾ ਤੇ ਇੱਥੇ ਆਏ ਸੀ ਤੇ ਹੁਣ ਹੋਸਪਿਟਲ ਗਏ ਆ, ਜੋ ਵੀ ਬਣਦੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਮਕਬੂਲਪੁਰਾ ਥਾਣਾ ਵੱਲੋਂ। ਇਹਦੇ ਬਾਰੇ ਗੁਰਚਰਨ ਸਿੰਘ ਸਬ ਇੰਸਪੈਕਟਰ ਜਿਹੜੇ ਗੁਰੂ ਨਾਨਕ ਹੋਸਪਿਟਲ ਗਏ ਆ, ਉੱਥੇ ਜਾ ਕੇ ਪਤਾ ਲੱਗੇਗਾ, ਉਹ ਕਾਰਵਾਈ ਕਰ ਰਹੇ ਆ ਥਾਣਾ ਮਕਬੂਲਪੁਰਾ ਤੋਂ। ਜ਼ਖਮੀ ਕਿੰਨੇ ਹੋਏ ਲੋਕ? ਜ਼ਖਮੀ ਇੱਥੇ ਜਿਹੜੇ ਜਿੰਨੇ ਵੀ ਹੋਏ ਸੀ ਇੰਜਰਡ, ਉਹਨਾਂ ਨੂੰ ਜਿਹੜਾ ਪਿਆਰ ਬੱਸ ਦੀਆਂ ਸਵਾਰੀਆਂ ਉਹਨਾਂ ਨੂੰ ਲਦਾਗਿਰਾਂ ਦੀ ਮਦਦ ਨਾਲ ਸਾਰੇ ਜਿਹੜੀਆਂ ਸਵਾਰੀਆਂ ਗੁਰੂ ਨਾਨਕ ਹੋਸਪਿਟਲ ਭੇਜ ਦਿੱਤੀਆਂ ਇੰਜਰਡ ਜਿਹੜੇ। ਇਹ ਅਲਫਾਵਾਨ ਮਾਲ ਐਲੀਵੇਟਰ ਰੋਡ ਤੋਂ ਪੁਲ ਤੋਂ ਉਤਰਦਿਆਂ ਹੋਇਆ ਬੱਸ ਦੇ ਪੰਨ ਬੱਸ ਦੇ ਬੈਕ ਸਾਈਡ ਤੇ ਪਿਆਰ ਬੱਸ ਜਿਹੜੀ ਹੈ ਵੱਜੀ ਹੈ, ਪਤਾ ਇਹੀ ਲੱਗਾ ਆ। ਬਾਕੀ ਜਿਹੜਾ ਉਹ ਮਕੈਨੀਕਲ ਰਿਪੋਰਟ ਜਿਹੜੀ ਆ ਉਹ ਤਫਤੀਸ਼ੀ ਅਫਸਰ ਵੱਲੋਂ ਲਈ ਜਾਵੇਗੀ, ਪਤਾ ਇਹ ਲੱਗਾ ਮੌਕੇ 'ਤੇ ਆਉਣ।